ਸਨਮਾਨ ਸਜਣ ਮੇਰੇ ਨਾਲ ਬੈਠੇ ਹਾਂ, ਮੈਂ ਸਾਰਿਆਂ ਦਾ ਬਹੁਤ ਸਵਾਗਤ ਕਰਦਾ। ਮੈਂ ਜਿਹੜਾ ਨਾਂ ਸੀ ਥੋੜ੍ਹਾ ਜਿਹਾ ਠੀਕ ਆ, ਮੈਂ ਕੁਛ ਦਿਨਾਂ ਤੋਂ ਇੱਥੇ ਆਇਆ ਤੁਹਾਡੇ ਵਿੱਚ, ਅਤੇ ਤੁਹਾਡੇ ਵਿੱਚ ਆ ਕੇ ਤੁਹਾਡਾ ਜੋ ਪਿਆਰ ਮੈਨੂੰ ਮਿਲਿਆ ਉਹਨੇ ਮੇਰੇ ਹੌਸਲੇ ਹੋਰ ਤਕੜੇ ਕਰਦੇ ਆ। ਮੈਂ ਤੁਹਾਡਾ ਪੁੱਤਰ ਹੈ ਅਤੇ ਮੈਂ ਇੱਥੇ ਆਇਆ, ਤੁਸੀਂ ਜਾਣਦੇ ਹੋ ਕਿ ਮੈਂ ਜੋ ਕਵਾਂਗਾ ਸੋ ਕਰਾਂਗਾ। ਬਸ ਇਹੀ ਚਾਹਾਂਗਾ ਕਿ ਤੁਸੀਂ ਲੋਕ ਸਾਰੇ ਮੇਰੇ ਨਾਲ ਜੁੜ ਜਾਓ। ਅਮਿਤ ਸ਼ਾਹ ਜੀ ਨੇ ਤੁਹਾਨੂੰ ਦੱਸ ਚੁੱਕੇ ਹੈ ਕਿ ਮੋਦੀ ਜੀ ਕੀ ਕੁਛ ਕਰ ਚੁੱਕੇ ਹੈ ਦੇਸ਼ ਲਈ, ਪੰਜਾਬ ਲਈ। ਆ ਪਿਛਲੇ ਤਿੰਨ ਚਾਰ ਦਿਨਾਂ ਤੋਂ ਮੈਂ ਤੁਹਾਡੇ ਨਾਲ ਮਿਲ ਮਿਲ ਕੇ ਮੇਰਾ ਥੋੜ੍ਹਾ ਸੰਗ ਖਰਾਬ ਹੋਇਆ ਹੋਇਆ, ਪਰ ਕੋਈ ਪਰਵਾਹ ਨਹੀਂ, ਮੈਂ ਤੁਹਾਡੇ ਨਾਲ ਹਾਂ ਅਤੇ ਇੱਥੋਂ ਤੁਸੀਂ ਮੈਨੂੰ ਜਿਤਾਓਗੇ ਅਤੇ ਉੱਥੇ ਲੈ ਕੇ ਜਾਓਗੇ ਤਾਂ ਕਿ ਮੈਂ ਇੱਥੇ ਆਵਾਂ, ਤੁਹਾਡੇ ਸਾਰਿਆਂ ਦਾ ਕੰਮ ਪੂਰਾ ਕਰਵਾਵਾਂ। ਮੈਂ ਯੂਥ ਦੇ ਨਾਲ ਹੈ, ਆਪਣੇ ਫਾਰਮਰਸ ਦੇ ਨਾਲ ਹੈ, ਅਤੇ ਜੋ ਜੋ ਤਕਲੀਫਾਂ ਆਪਾਂ ਤੁਸੀਂ ਮੈਨੂੰ ਦੱਸੋਗੇ ਮੈਂ ਤੁਹਾਡੇ ਨਾਲ ਬੈਠਾਂਗਾ, ਸਮਝਾਂਗਾ। ਪਠਾਨਕੋਟ ਦੀ ਜਿਹੜੀਆਂ ਪ੍ਰੋਬਲਮਸ ਹੈ, ਜਿਵੇਂ ਇੱਥੇ ਆਪਣੇ ਜਿਵੇਂ ਇਹਨਾਂ ਨੇ ਦੱਸਿਆ ਸੀ, ਮੈਂ ਜਦ ਪਹਿਲੇ ਦਿਨ ਆਇਆ ਤਾਂ ਫਾਟਕ ਬੰਦ ਸੀ ਅਤੇ ਮੈਂ ਪੁੱਛਿਆ ਇੱਦਾਂ ਕਿਉਂ ਹੈ, ਫਿਰ ਮੈਨੂੰ ਗੱਲ ਸਮਝ ਆਈ ਕਿ ਤੁਹਾਡੀਆਂ ਤਕਲੀਫਾਂ ਕੀ ਹੈ। ਇੱਦਾਂ ਹੀ ਮੈਂ ਸਾਰੀ ਜਗ੍ਹਾ ਫਿਰ ਰਿਹਾ ਅਤੇ ਸਾਰਿਆਂ ਦੀਆਂ ਤਕਲੀਫਾਂ ਸਮਝਾਂਗਾ ਅਤੇ ਮੈਂ ਆਪਣੀ ਤਕਲੀਫ ਸਮਝ ਕੇ ਉਹਨੂੰ ਉਹਦਾ ਹਾਸਲ ਕੱਢਾਂਗਾ ਅਤੇ ਤੁਹਾਡਾ ਪੂਰਾ ਹੱਕ ਲੈ ਕੇ ਆਵਾਂਗਾ। ਮੇਰਾ ਸੁਪਨਾ ਹੈ ਕਿ ਮੇਰਾ ਪੰਜਾਬ, ਮੇਰਾ ਘਰ ਸਾਰਿਆਂ ਤੋਂ ਸੋਨਾ ਹੋਵੇ, ਇੱਥੇ ਦੇ ਜਿੰਨੇ ਲੋਕ ਹੈ ਸਾਰੇ ਸਾਰੇ ਇੱਕ ਦੂਜੇ ਨੂੰ ਪਿਆਰ ਕਰਨ। ਆਪਾਂ ਇੱਥੋਂ ਆਪਣੇ ਪੰਜਾਬ ਨੂੰ, ਪੰਜਾਬ ਦਾ ਨਾਂ ਸਿਰਫ ਰੋਸ਼ਨ ਕਰਨਾ, ਬਾਕੀ ਆਪਾਂ ਨੂੰ ਕਿਹਦੀ ਪਰਵਾਹ ਨਹੀਂ। ਆਪਾਂ ਇਕੱਠੇ ਜੁੜ ਕੇ ਅੱਗੇ ਵੜਨਾ। ਵਿਨੋਦ ਖੰਨਾ ਜੀ ਇੱਥੇ ਤੁਹਾਡੇ ਨਾਲ 20 ਸਾਲ ਤੋਂ ਸੀਗੇ, ਉਹਨਾਂ ਨੇ ਤੁਹਾਡੇ ਨਾਲ ਜੁੜ ਕੇ ਤੁਹਾਡੇ ਲਈ ਢੇਰ ਸਾਰੀਆਂ ਚੀਜ਼ਾਂ ਕੀਤੀਆਂ। ਉਹਨਾਂ ਦਾ ਸੁਪਨਾ ਸੀ ਅਤੇ ਉਹੀ ਸੁਪਨਾ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਮੈਂ ਅੱਗੇ ਲੈ ਕੇ ਜਾਵਾਂਗਾ। ਕਵਿਤਾ ਜੀ ਨੂੰ ਦੁੱਖ ਹੈ, ਲੇਕਿਨ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਮੈਂ ਤੁਹਾਡਾ ਦੁੱਖ ਨਹੀਂ ਲੈਂਦਾਗਾ। ਜੋ ਤੁਸੀਂ ਚਾਹੁੰਦੇ ਹੋ ਮੈਂ ਸਾਰਾ ਕੁਛ ਕਰਾਂਗਾ। ਅਤੇ ਆਪਣੀ ਸਾਰੀ ਪਾਰਟੀ ਨੂੰ ਨਾਲ ਲੈ ਕੇ ਇੱਕ ਟੀਮ ਤਕੜੀ ਤਕੜੀ ਬਣਾ ਕਰ ਆਪਾਂ ਸਿਰਫ ਜਿੱਤਣਾ ਅਤੇ ਤੁਸੀਂ ਮੇਰੇ 'ਤੇ ਭਰੋਸਾ ਕਰਨਾ, ਬਾਕੀ ਵਾਹਿਗੁਰੂ ਹੈਗਾ ਉਹ ਸਾਰਿਆਂ ਨਾਲ ਹੈ। ਵਾਹਿਗੁਰੂ ਜੀ ਦਾ ਖਾਲਸਾ, ਧੰਨਵਾਦ। ਜਿਵੇਂ ਮੈਂ ਕਿਹਾ ਸੀਗਾ, ਆਏ 2.5 ਕਿਲੋ ਦਾ ਹੱਥ, ਜਦ ਟੀਚਰ ਪੈਂਦਾ ਤਾਂ ਬੰਦਾ ਉੱਠਦਾ ਨਹੀਂ, ਪਰ ਮੇਰੇ 2.5 ਕਿਲੋ ਦੀ ਤਾਕਤ, ਤੁਹਾਡਾ ਭਰੋਸਾ ਹੈ ਮੇਰੇ ਵਿੱਚ, ਤੁਹਾਡਾ ਪਿਆਰ ਹੈ ਮੇਰੇ ਵਿੱਚ, ਉਹ ਤਾਕਤ ਹੈ, ਇਹ ਸੱਚਾਈ ਦੀ ਤਾਕਤ ਹੈ ਤੇ ਆਪਾਂ ਬੱਲੇ ਬੱਲੇ ਕਰਦੇ ਨਹੀਂ ਆ। ਧੰਨਵਾਦ ਸਾਰਿਆਂ ਨੂੰ, ਬਹੁਤ ਸਾਰਾ ਪਿਆਰ। ਬਹੁਤ ਹੀ ਕਾਬਿਲ ਖਜ਼ਾਨਾ ਮੰਤਰੀ ਤੇ ਇਸ ਇਲੈਕਸ਼ਨ ਦੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਤੋਂ ਇੰਚਾਰਜ ਕੈਪਟਨ ਅਭਿਮਨਿਊ ਜੀ, ਸੂਬੇ ਦੀ ਤਰੱਕੀ ਮੁੱਖ ਮੰਤਰੀ ਤੇ ਨਿਰਭਰ ਹੁੰਦੀ ਹੈ। ਜੇ ਪ੍ਰਧਾਨ ਮੰਤਰੀ ਚੰਗਾ ਚੁਲੀਏ ਮੁੱਖ ਮੰਤਰੀ ਚੰਗਾ ਚੁਲੀਏ ਦੂਜਾ ਖੋਲ ਕੇ ਵੀ ਦੇਣਾ ਪਿਛੋਕੜ ਦੇਖਦੇ ਹੈ। ਹੁਣ ਪ੍ਰਧਾਨ ਮੰਤਰੀ ਬਣਾਉਣ ਤੋਂ ਪਹਿਲੇ ਵੀ ਪਿਛੋਕੜ ਦੇਖ ਲਈਏ। ਸ੍ਰੀ ਨਰਿੰਦਰ ਮੋਦੀ ਜੀ 3 ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹੇ,
ਇਹ ਗਰੀਬ ਸੂਬੇ ਨੂੰ ਉਹਨਾਂ ਨੇ ਅਮੀਰ ਸੂਬਾ ਬਣਾ ਦਿੱਤਾ, ਇੱਕ ਨੰਬਰ ਤੇ ਸੂਬਾ ਬਣਾ ਕੇ। ਪਿਛਲੇ 5 ਸਾਲਾਂ ਚ ਆਪਣੇ ਦੇਸ਼ ਨੂੰ ਦੁਨੀਆ ਦੇ ਨਕਸ਼ੇ ਪਹੁੰਚਾ ਦਿੱਤਾ। ਜਿਹੜੇ ਮੁਲਕ ਆਪਣੇ ਨਾਲ ਗੱਲ ਨਹੀਂ ਕਰਦੇ ਸੀ, ਅੱਜ ਉਹੀ ਮੁਲਕ ਆਪਣੇ ਅੱਗੇ ਪਿੱਛੇ ਫਿਰ ਰਹੇ ਹਨ। ਜੇ ਵੱਡੀ ਗੱਲ ਹੈ ਪੰਜਾਬ ਵਾਲਿਓ, ਤੁਸੀਂ ਸ਼ਾਇਦ ਨਾ ਜਾਣਦੇ ਹੋ, ਨਰਿੰਦਰ ਮੋਦੀ ਜੀ ਰਾਜਸਥਾਨ ਆਪਣੇ ਗੁਜਰਾਤ ਦੇ ਮੁੱਖ ਮੰਤਰੀ ਬਣਨ ਤੋਂ ਪਹਿਲੇ ਪੰਜਾਬ 6 ਸਾਲ ਰਹੇ। 6 ਸਾਲ ਪੰਜਾਬ ਦੇ ਪ੍ਰਭਾਰੀ ਭਾਰਤੀ ਜਨਤਾ ਪਾਰਟੀ ਦੇ ਸੀ। ਉਹਨਾਂ ਨੂੰ ਹਰ ਗਲੀ ਪਠਾਨਕੋਟ ਦੀ ਬਾਰੇ ਪਤਾ ਹੈ, ਬਟਾਲੇ ਬਾਰੇ ਪਤਾ ਹੈ। ਪੰਜਾਬ ਦੇ ਕੋਨੇ ਕੋਨੇ 'ਚ ਰਹੇ ਅਤੇ ਉਹਨਾਂ ਨੇ ਪੰਜਾਬ ਵਿੱਚ ਮਿਹਨਤ ਕੀਤੀ। ਪ੍ਰਧਾਨ ਮੰਤਰੀ ਕਿਹੋ ਜਿਹਾ ਹੋਣਾ ਚਾਹੀਦਾ? ਪ੍ਰਧਾਨ ਮੰਤਰੀ ਉਹ ਹੋਣਾ ਚਾਹੀਦਾ ਜਿਹੜਾ ਦਲੇਰ ਹੋਏ, ਹਿੰਮਤੀ ਹੋਏ, ਦੂਰ ਦੇ ਸੋਚ ਹੋਏ, ਕੰਮ ਕਰਨ ਦਾ ਇਰਾਦਾ ਹੋਏ, ਫੈਸਲਾ ਕਰ ਸਕੇ। ਸਭ ਤੋਂ ਵੱਡਾ ਦੁਸ਼ਮਣ ਡਰੇ। ਕੱਲੇ ਅੱਜ ਦੇ ਮਾਹੌਲ ਵਿੱਚ ਕੱਲੇ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਪਾਕਿਸਤਾਨ ਡਰਦਾ, ਆਪਣਾ ਦੁਸ਼ਮਣ ਡਰਦਾ, ਰਾਹੁਲ ਨੂੰ ਤਾਂ ਪੱਕੂ ਸਮਝਦਾ, ਕੋਈ ਮੁਕਾਬਲਾ ਹੀ ਨਹੀਂ, ਕੋਈ ਮੁਕਾਬਲਾ ਹੀ ਨਹੀਂ। ਜਿਵੇਂ ਮੈਂ ਕਿਹਾ, ਪਰਿਵਾਰ ਦਾ ਪਿਛੋਕੜ ਦੇਖਣਾ। 50 ਸਾਲ ਗਾਂਧੀ ਪਰਿਵਾਰ ਨੇ, 50 ਸਾਲ ਗਾਂਧੀ ਪਰਿਵਾਰ ਨੇ ਦੇਸ਼ ਵਿੱਚ ਰਾਜ ਕੀਤਾ, ਦੇਸ਼ ਨੂੰ ਡਬੋਇਆ, ਦੇਸ਼ ਦੇ ਤਰੱਕੀ ਵੀ ਲੱਗ ਗਏ।